ਹੈਲੋ एवरीवन दिस इज साक्षी अग्रवाल फ्रॉम मलेर कोटला आई वेलकम यू ऑल ऑन મહેਨਤੀ ਬੱਚੇ I होप यू ऑल आर ਡੂਇੰਗ ਵੈਲ ਤੁਸੀਂ ਆਪਣਾ ਆਪਣੀ ਫੈਮਲੀ ਦਾ ਧਿਆਨ ਬਹੁਤ ਵਧੀਆ ਢੰਗ ਨਾਲ ਰੱਖ ਰਹੇ ਹੋਵਗੇ ਤੇ ਜਿਹੜੇ ਵੀ ਐਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋ ਤੁਹਾਡੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਬਾਰੇ ਡਿਸਕਸ ਕਰਾਂਗੇ ਇਹ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਆਉਣ ਵਾਲੇ ਐਗਜ਼ਾਮਸ ਦੇ ਵਿੱਚ ਤੁਸੀਂ ਇਹਦੇ ਉੱਪਰ ਕੁਐਸਚਨਸ ਐਕਸਪੈਕਟ ਕਰ ਸਕਦੇ ਹੋ ਸਪੈਸ਼ਲੀ ਜਿਹੜੇ ਵੀ ਸਟੂਡੈਂਟਸ ਨੇ ਪੀਪੀਐਸਸੀ ਪ੍ਰਿੰਸੀਪਲ ਹੈਡਮਾਸਟਰ ਬੀਪੀਓ ਦਾ ਐਗਜ਼ਾਮ ਦੇਣਾ ਹੈ ਜਾਂ ਫਿਰ ਪੰਜਾਬ ਪੀਸੀਐਸ ਦਾ ਐਗਜ਼ਾਮ ਦੇਣਾ ਹੈ ਉਹਨਾਂ ਲਈ ਇਹ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੋ ਦੇਖੋ ਅੱਜ ਇਸ ਲੈਕਚਰ ਦੇ ਵਿੱਚ ਆਪਾਂ ਕਿਹ ਕਿਹ ਚੀਜ਼ਾਂ ਕਵਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਹਿਸਟੋਰੀਕਲ ਬੈਕਗਰਾਉਂਡ ਦੇਖਾਂਗੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਦਾ ਯਾਨੀ ਕਿ ਇਹਦੇ ਵਿੱਚ ਆਪਾਂ ਮੇਨ ਮੇਨ ਫੀਚਰਸ ਕਵਰ ਕਰਾਂਗੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਹੜੀ ਕਿ 1968 ਦੇ ਵਿੱਚ ਆਈ ਸੀ ਥੈਨ 1986 ਦੇ ਵਿੱਚ ਆਈ ਤੇ ਉਸ ਤੋਂ ਬਾਅਦ 1992 ਦੇ ਵਿੱਚ ਆਈ ਓਕੇ ਉਸ ਤੋਂ ਬਾਅਦ ਨੈਕਸਟ ਆਪਾਂ ਦੇਖਾਂਗੇ ਕਿ ਕਨਸਟੀਟਿਊਸ਼ਨ ਦੇ ਵਿੱਚ ਕਿਹੜੇ-ਕਿਹੜੇ ਪ੍ਰੋਵੀਜ਼ਨਸ ਐ ਰਿਗਾਰਡਿੰਗ ਐਜੂਕੇਸ਼ਨ ਤੇ ਲਾਸਟ ਦੇ ਵਿੱਚ ਆਪਾਂ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਆਈ ਹੈ ਉਹਦੇ ਮੇਨ-ਮੇਨ ਫੀਚਰਸ ਜੋ ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਉਹਦੇ ਬਾਰੇ ਡਿਸਕਸ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਸ ਤੋਂ ਇਲਾਵਾ ਤੁਸੀਂ ਸਾਨੂੰ ਇੰਸਟਾਗ੍ਰam ਦੇ ਉੱਪਰ ਟੈਲੀਗ੍ਰਾਮ ਦੇ ਉੱਪਰ ਫੇਸਬੁੱਕ ਦੇ ਉੱਪਰ ਫੋਲੋ ਕਰ ਸਕਦੇ ਹੋ ਉੱਥੇ ਡੇਲੀ ਬੇਸਿਸ ਤੇ ਕਰੰਟ ਅਫੇਅਰਸ ਕੁਇਜ਼ ਅਪਲੋਡ ਹੁੰਦੇ ਰਹਿੰਦੇ ਆ ਓਕੇ ਜਿਹੜੇ ਵੀ ਸਟੂਡੈਂਟਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਚੈਨਲ ਦੇ ਉੱਪਰ ਤੁਹਾਨੂੰ ਕਾਫੀ ਸਾਰੇ ਸਬਜੈਕਟਸ ਨਾਲ ਰਿਲੇਟਿਡ ਮਟੀਰੀਅਲ ਮਿਲ ਜਾਊਗਾ ਇਹ ਵੀਡੀਓਜ਼ ਤੁਹਾਡੇ ਬਹੁਤ ਕੰਮ ਆਣਗੇ ਆ ਡਿਫਰੈਂਟ ਡਿਫਰੈਂਟ ਐਗਜ਼ਾਮਸ ਦੀ ਪ੍ਰੈਪਰੇਸ਼ਨ ਦੇ ਵਿੱਚ ਸੋ ਇਹਨਾਂ ਨੂੰ ਤੁਸੀਂ ਜ਼ਰੂਰ ਦੇਖਿਓ 1947 ਦੇ ਵਿੱਚ ਜਦੋਂ ਇੰਡੀਆ ਨੂੰ ਇੰਡੀਪੈਂਡੈਂਸ ਮਿਲੀ ਉਸ ਤੋਂ ਬਾਅਦ ਹੀ ਗਵ ਕਿ ਇੰਡੀਆ ਦੇ ਵਿੱਚ ਜਿਹੜੀ ਐਜੂਕੇਸ਼ਨ ਹੈ ਉਹਨੂੰ ਰੂਰਲ ਤੇ ਅਰਬਨ ਏਰੀਆਜ਼ ਦੇ ਵਿੱਚ ਇੰਪਰੂਵ ਕੀਤਾ ਜਾਵੇ ਓਕੇ ਸੋ ਗਵਰਨਮੈਂਟ ਨੇ ਸਭ ਤੋਂ ਪਹਿਲਾਂ ਯੂਨੀਵਰਸਿਟੀ ਐਜੂਕੇਸ਼ਨ ਕਮਿਸ਼ਨ ਨੂੰ ਐਸਟੈਬਲਿਸ਼ ਕੀਤਾ 1948 ਦੇ ਵਿੱਚ ਤੇ ਉਸ ਤੋਂ ਬਾਅਦ ਸੈਕੰਡਰੀ ਐਜੂਕੇਸ਼ਨ ਕਮਿਸ਼ਨ 1952 ਦੇ ਵਿੱਚ ਇਸ ਨੂੰ ਐਸਟੈਬਲਿਸ਼ ਕੀਤਾ ਗਿਆ ਓਕੇ ਸੋ ਸਭ ਤੋਂ ਪਹਿਲਾਂ ਉਹਨਾਂ ਆਪਾਂ ਪੜਦੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਹੜੀ ਕਿ 1968 ਦੇ ਵਿੱਚ ਆਈ फॉर्मर प्राइम मिनिस्टर इंदिरा गांधी हैज़ अनाउंसड फस्ट नैशनल एजुकेशन पॉलिसी ओके इन नाइनटीन सिक्सटी एट विच वॉज रिकॉगनाइज्ड एज रेडिकल री स्ट्रक्चरिंग ओके तो किाइम पर आई सी प्राइम मिनिस्टर उस टाइम पर कौन सी मिसिज इंदिरा गांधी ओके दैन हूँ आप उस पॉलिसी द कुछ इंपॉर्टेंट हाईलाइट्स पढ़ते हैं जिड़ी कि नाइनटीन सिक्सटी एट की नैशनल एजुकेशन पॉलिसी सी ओके ਸਭ ਤੋਂ ਪਹਿਲਾਂ ਉਹਦੇ ਵਿੱਚ ਕੀ ਕਿਹਾ ਗਿਆ ਸੀ ਕੰਪਲਸਰੀ ਐਜੂਕੇਸ਼ਨ ਫਾਰ 올 ਚਿਲड्रन ਅਪ ਟੂ ਏਜ ਆਫ 14 ਐਸ ਸਪੈਸੀਫਾਈਡ ਬਾ ਕਨਸਟੀਟਿਊਸ਼ਨ ਆਫ ਇੰਡੀਆ ਕਿ ਕੰਪਲਸਰੀ ਐਜੂਕੇਸ਼ਨ ਹੋਣੀ ਚਾਹੀਦੀ ਸਾਰੇ ਬੱਚਿਆਂ ਦੀ ਜਿਹੜੇ ਕਿ 14 ਸਾਲ ਤੱਕ ਦੀ ਉਮਰ ਦੇ ਨੇ ਬੈਟਰ ਟ੍ਰੇਨਿੰਗ ਐਂਡ ਕੁਆਲੀਫਿਕੇਸ਼ਨ ਆਫ ਟੀਚਰਸ ਦੈਨ ਪੇ ਮੋਰ ਅਟੈਂਸ਼ਨ ਔਨ ਲਰਨਿੰਗ ਆਫ ਰੀਜਨਲ ਲੈਂਗੁਏਜਸ ਆਊਟਲਾਈਨ ਦਾ ਥਰੀ ਲੈਂਗੁਏਜ ਫਾਰਮੂਲਾ ਟੂ ਬੀ ਐਪਲਾਈਡ ਇਨ ਸੈਕੰਡਰੀ ਐਜੂਕੇਸ਼ਨ ਸੈਕੰਡਰੀ ਐਜੂਕੇਸ਼ਨ ਚ ਕਿਹਾ ਗਿਆ ਥਰੀ ਲੈਂਗੁਏਜ ਫਾਰਮੂਲਾ ਨੂੰ ਐਪਲਾਈ ਕੀਤਾ ਜਾਣਾ ਚਾਹੀਦਾ ਥਰੀ ਲੈਂਗੁਏਜ ਮੀਨਸ ਇੱਕ ਹਿੰਦੀ ਇੱਕ ਇੰਗਲਿਸ਼ ਤੇ ਨਾਲ ਜਿਹੜੀ ਵੀ ਸਟੇਟ ਦੀ ਆਪਾਂ ਗੱਲ ਕਰ ਰਹੇ ਆ ਉਹਦੀ ਜਿਹੜੀ ਰੀਜਨਲ ਲੈਂਗੁਏਜ ਹੈ ਉਹ ਉਸ ਤੋਂ ਬਾਅਦ ਬਿਕੋਜ਼ ਆਫ ਹਿੰਦੀ ਵਾਸ ਅਡਾਪਟਡ ਐਜ਼ ਅ ਨੈਸ਼ਨਲ ਲੈਂਗੁਏਜ ਦ ਪਾਲਿਸੀ ਪੁੱਟ ਵੇਟ ਔਨ ਲਰਨਿੰਗ ਹਿੰਦੀ ਟੂ ਪ੍ਰੋਮੋਟ ਇਟ ਐਜ਼ ਅ ਕਾਮਨ ਲੈਂਗੁਏਜ ਉਤੋਂ ਬਾਅਦ ਨੈਕਸਟ ਹੈ ਦ ਪਾਲਿਸੀ ਆਲਸੋ ਸਟਿਮੂਲੇਟਸ ਅ ਟੀਚਿੰਗ ਆਫ ਐਂਸ਼ੀਐਂਟ ਸੰਸਕ੍ਰਿਤ ਲੈਂਗੁਏਜ ਵਿਚ ਇਜ਼ ਅਨ ਅਸੈਂਸ਼ੀਅਲ ਪਾਰਟ ਆਫ ਇੰਡੀਆਜ਼ ਕਲਚਰ ਉਸ ਪਾਲਿਸੀ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜੀ ਸੰਸਕ੍ਰਿਤ ਲੈਂਗੁਏਜ ਹੈ ਉਹ ਵੀ ਪੜਾਈ ਜਾਣੀ ਚਾਹੀਦੀ ਹੈ ਠੀਕ ਹੈ ਕਿਉਂਕਿ ਇਹ ਇੰਡੀਆ ਦੇ ਕਲਚਰ ਹੈਰੀਟੇਜ ਦਾ ਬਹੁਤ ਇੰਪੋਰਟੈਂਟ ਪਾਰਟ ਹੈ ਨੈਸ਼ਨਲ এডਿਕੇਸ਼ਨ ਪਾਲਿਸੀ ਆਫ 1968 ਆਲਸੋ ਇਨਕਲੂਡ ਇਨਕਰੀਸ ਇਨ এডਿਕੇਸ਼ਨ ਸਪੈਂਡਿੰਗ ਟੂ 6% ਆਫ ਦ ਨੈਸ਼ਨਲ ਇਨਕਮ ਇਹਦੇ ਵਿੱਚ ਕੀ ਕਿਹਾ ਗਿਆ ਕਿ ਜਿਹੜੀ এডਿਕੇਸ਼ਨ ਦੇ ਉੱਪਰ ਸਪੈਂਡਿੰਗ ਹੁੰਦੀ ਹੈ ਉਹ ਨੈਸ਼ਨਲ ਇਨਕਮ ਦੇ 6% ਹੋਣਾ ਚਾਹੀਦਾ ਓਕੇ ਉਸ ਤੋਂ ਬਾਅਦ ਹੁਣ ਆਪਾਂ ਡਿਸਕਸ ਕਰਦੇ ਨੈਸ਼ਨਲ এডਿਕੇਸ਼ਨ ਪਾਲਿਸੀ 1986 ਦੀ ਇਹ ਕਿੰਨਾ ਦੇ ਟਾਈਮ ਤੇ ਇੰਟਰੋਡਿਊਸ ਕੀਤੀ ਗਈ ਉਸ ਟਾਈਮ ਤੇ ਪ੍ਰਾਈਮ ਮਿਨਿਸਟਰ ਕੌਣ ਸੀ ਮਿਸਟਰ ਰਾਜੀਵ ਗਾਂਧੀ ਓਕੇ ਤੇ ਇਸ ਪਾਲਿਸੀ ਨੂੰ ਨੇਮ ਦਿੱਤਾ ਗਿਆ ਐਸ ਸਪੈਸ਼ਲ ਐਮਫਸਿਸ ਔਨ ਰਿਮੂਵਲ ਆਫ ਡਿਸਪੈਰਿਟIES ਐਂਡ ਟੂ ਇਕੁਐਲਾਈਜ਼ ਐਜੂਕੇਸ਼ਨ ਓਪਰਚ्युनिटी ਮੇਨ ਆਬਜੈਕਟਿਵ ਆਫ ਥਿਸ ਪਾਲਿਸੀ ਇਸ ਟੂ ਪ੍ਰੋਵਾਈਡ ਓਪਰਚ्युनिटी ਫਾਰ ਆਲ ਇਨਕਲੂਡਿੰਗ ਔਮਨ ਐਸਟੀ ਐਸਸੀ ਕਮਿਊਨਿਟIES ਟੂ ਸਟੱਡੀ ਜਿਹੜਾ ਮੇਨ ਮੋਟਿਵ ਸੀ ਇਹ ਪਾਲਿਸੀ ਦਾ ਕੀ ਸੀ ਕਿਸਾਰੇ ਕੈਟਾਗਰੀਜ਼ ਦੇ ਲੋਕਾਂ ਨੂੰ ਚਾਹੇ ਉਹ ਔਰਤ ਹੈ ਚਾਹੇ ਉਹ ਐਸਟੀ ਕੈਟਾਗਰੀ ਨੂੰ ਬਿਲੋਂਗ ਕਰਦਾ ਹੈ ਚਾਹੇ ਉਹ ਐਸਸੀ ਕੈਟਾਗਰੀ ਨੂੰ ਬਿਲੋਂਗ ਕਰਦਾ ਹੈ ਕੋਈ ਵੀ ਸਟੂਡੈਂਟ ਸਭ ਨੂੰ ਇਕੁਅਲੀ ਅਧਿਕਾਰ ਹੈ ਪੜਨ ਦਾ ਓਕੇ ਉਹਨਾਂ ਲਈ ਕਿ ਉਹ ਅੱਛੇ ਤਰੀਕੇ ਨਾਲ ਪੜ ਸਕਣ ਇਹ ਪਾਲਿਸੀ ਦਾ ਮੇਨ ਮਕਸਦ ਕੀ ਸੀ ਕਿ ਉਹਨਾਂ ਲਈ ਆਪਰਚੂਨਿਟੀਆਂ ਨੂੰ ਵਧਾਣਾ ਓਕੇ ਦੇਖੋ ਹੁਣ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਕਿ ਹਾਈਲਾਈਟਸ ਸੀ ਸਭ ਤੋਂ ਪਹਿਲਾਂ ਐਕਸਪੈਂਡ ਸਕਾਲਰਸ਼ਿਪ ਨੂੰ ਐਕਸਪੈਂਡ ਕੀਤਾ ਗਿਆ ਦੇ ਵਿੱਚ ਦੈਨ ਅਡਲਟ ਐਜੂਕੇਸ਼ਨ ਨੂੰ ਪ੍ਰੋਮੋਟ ਕੀਤਾ ਗਿਆ ਉਸ ਤੋਂ ਬਾਅਦ ਕੀ ਆ ਗਿਆ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਟੀਚਰਜ਼ ਐ ਉਹ ਐਸਸੀ ਤੇ ਐਸਟੀ ਕੈਟਾਗਰੀਜ਼ ਦੇ ਉਹਨਾਂ ਨੂੰ ਰਿਕਰੂਟ ਕੀਤਾ ਜਾਵੇ ਓਕੇ ਉਸ ਤੋਂ ਬਾਅਦ ਪ੍ਰੋਵਾਈਡ ਇਨਸੈਂਟਿਵ ਫਾਰ ਪੂਰ ਫੈਮਿਲੀਜ਼ ਟੂ ਸੈਂਡ THEIR ਚਿਲड्रन ਟੂ ਸਕੂਲ ਰੈਗੂਲਰਲੀ ਹੁਣ ਜਿਹੜੇ ਬਹੁਤ ਜ਼ਿਆਦਾ ਪੂਰ ਫੈਮਿਲੀਜ਼ ਹੁੰਦੀਆਂ ਉਹ ਕੀ ਕਰਦੀਆਂ ਨੇ ਉਹ ਆਪਣੇ ਬੱਚਾ ਨੂੰ ਹੀ ਕੰਮ ਤੇ ਲਗਾ ਦਿੰਦੀਆਂ ਨੇ ਕਿ ਇਨਕਮ ਜਨਰੇਟ ਹੋਊਗੀ ठीक है उन्होंने ज़्यादा so, वो पढ़न नहीं देंगे सो ऐसी फैमिलीज़ इंसेंटिवस उन्हों प्रोवाइड करने कि मोटिवेट करल्टा अपने बच्चों कि तुम स्कूल जरूर जाओ ज़रूर पढ़ के आओ ओके दैन डिवेलप ऑफ न्यू इंस्टीट्यूशन की डिवेलपमेंट की गई उसके अलावा प्रोवाइड हाउसिंग एंड सर्विसिज उस बाद है ऑपरेशन ब्लैकबोर्ड चलाया गया टू तो एक्सपेंड प्राइमरी स्कूल नेशन वाइड प्राइमरी स्कूल की जड़ी ਐਜੂਕੇਸ਼ਨ ਨੂੰ ਨੈਸ਼ਨ ਵਾਈਡ ਸਪਰੈਡ ਕੀਤਾ ਜਾਵੇ ਉਹਦੇ ਲਈ ਆਪਰੇਸ਼ਨ ਬਲੈਕ ਬੋਰਡ ਚਲਾਇਆ ਗਿਆ ਅੰਡਰ ਥਿਸ ਪਾਲਿਸੀ ਦਾ ਓਪਨ ਯੂਨੀਵਰਸਿਟੀ ਸਿਸਟਮ ਨੂੰ ਐਕਸਪੈਂਡ ਕੀਤਾ ਗਿਆ ਵਿਦ ਦਾ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਵਿਚ ਹੈਡ ਬੀਨ ਕ੍ਰੀਏਟਿਡ ਇਨ ਜਿਹੜੀ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਸੀ ਉਹ 1985 ਦੇ ਵਿੱਚ ਬਣੀ ਇਸ ਪਾਲਿਸੀ ਦੇ ਅੰਡਰ ਜਿਹੜਾ ਓਪਨ ਯੂਨੀਵਰਸਿਟੀ ਸਿਸਟਮ ਨੂੰ ਐਕਸਪੈਂਡ ਕੀਤਾ ਗਿਆ ਓਕੇ ਦ ਪਾਲਿਸੀ ਵਾਸ ਰਿਕੋਗਨਾਈਜ਼ਡ ਐਸ ਰੂਰਲ ਯੂਨੀਵਰਸਿਟੀ ਮਾਡਲ ਬੇਸਡ ਔਨ ਫਿਲਾਸਫੀ ਔਫ ਇੰਡੀਅਨ ਲੀਡਰ ਮਹਾਤਮਾ ਗਾਂਧੀ ਟੂ ਇਨਕਰੀਜ ਇਕਨੋਮਿਕ ਐਂਡ ਸੋਸ਼ਲ ਡਿਵੈਲਪਮੈਂਟ ਐਟ ਦ ਗ੍ਰਾਸਰੂਟ ਲੈਵਲ ਇਨ ਰੂਰਲ ਇੰਡੀਆ ਕੰਦਰ ਜਿਹੜੀ ਪਾਲਿਸੀ ਸੀ ਇਹਨੂੰ ਰਿਕੋਗਨਾਈਜ਼ ਕੀਤਾ ਗਿਆ ਐਸ ਰੂਰਲ ਯੂਨੀਵਰਸਿਟੀ ਮਾਡਲ ਠੀਕ ਹੈ ਇਹ ਜਿਹੜੀ ਪਾਲਿਸੀ ਹੈ ਉਹ ਕਿੰਨਾ ਦੇ ਫਲਸਫੀ ਦੇ ਉੱਪਰ ਬੇਸਡ ਹੈ ਮਹਾਤਮਾ ਗਾਂਧੀ ਜੀ ਦੀ ਓਕੇ ਔਰ ਤੋਂ ਬਾਅਦ ਹੁਣ ਨੈਕਸਟ ਆਪਾਂ ਗੱਲ ਕਰਦੇ ਨੈਸ਼ਨਲ ਐਜੂਕੇਸ਼ਨ ਪਾਲਿਸੀ 1992 ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 1992 ਹੈ ਹੁਣ ਦੇਖੋ ਇਹਦੇ ਮੇਨ ਮੇਨ ਫੀਚਰਸ ਦੇਖਦੇ ਆ ਈਨ 1992 ਦ 1986 ਨੈਸ਼ਨਲ ਐਜੂਕੇਸ਼ਨ ਪਾਲਿਸੀ ਵਾਸ ਮੋਡੀਫਾਈਡ ਬਾਈ ਪੀ ਵੀ ਨਰਸੀਮਰਾਓ ਗਵਰਨਮੈਂਟ ਐਂਡ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਹੈਜ਼ ਅਡਾਪਟਡ ਇਟ ਇਨ 2005 ਵਿਚ ਵਾਸ ਰਿਕੋਗਨਾਈਜ਼ਡ ਐਸ ਕਾਮਨ ਮਿਨੀਮਮ ਪ੍ਰੋਗਰਾਮ ਕਹਿੰਦਾ ਹੁਣ ਜਿਹੜੀ 1986 ਦੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਸੀ ਉਹਨੂੰ ਥੋੜਾ ਜਿਹਾ ਮੋਡੀਫਾਈ ਕੀਤਾ ਗਿਆ 1992 ਦੇ ਵਿੱਚ ਕਿੰਨਾ ਨੇ ਕੀਤਾ ਪੀਵੀ ਨਰਸੀਮਾ ਰਾਓ ਗਵਰਨਮੈਂਟ ਨੇ ਠੀਕ ਹੈ ਤੇ 2005 ਜਦੋਂ ਮਿਸਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ ਉਸ ਟਾਈਮ ਤੇ ਇਹਨੂੰ ਰਿਕੋਗਨਾਈਜ਼ ਕੀਤਾ ਗਿਆ ਐਸ ਕਾਮਨ ਮਿਨੀਮਮ ਪ੍ਰੋਗਰਾਮ ਓਕੇ ਹੁਣ ਇਹਦੇ ਕੁਝ main main features egem all india bases common entrance exams for admission in all professional and technical programs in the country ਕੰਟਰੀ ਦੇ ਵਿੱਚ ਜਿੰਨੇ ਵੀ ਪ੍ਰੋਫੈਸ਼ਨਲ ਤੇ ਟੈਕਨੀਕਲ ਪ੍ਰੋਗਰਾਮਸ ਐ ਉਹਨਾਂ ਦੇ ਲਈ ਕਾਮਨ ਐਂਟ੍ਰੈਂਸ ਐਗਜ਼ਾਮੀਨੇਸ਼ਨ ਹੋਣਾ ਚਾਹੀਦਾ ਹੈ ਅੰਡਰ ਥਿਸ ਗਵਰਨਮੈਂਟ ਆਫ ਇੰਡੀਆ ਵਾਈਡ ਰੈਜ਼ੋਲੂਸ਼ਨ ਡੇਟਿਡ 18 ਅਕਟੋਬਰ 2001 ਹੈਜ਼ ਲੇ ਡਾਊਨ ਅ 3 ਐਗਜ਼ਾਮ ਸਕੀਮ ਜਿਹਦੇ ਵਿੱਚ ਗੱਲ ਕੀਤੀ ਗਈ ਫਾਰ ਐਡਮਿਸ਼ਨ ਟੂ ਇੰਜੀਨੀਅਰਿੰਗ ਐਂਡ ਆਰਕੀਟੈਕਚਰ ਪਲੈਨਿੰਗ ਪ੍ਰੋਗਰਾਮਸ ਇਹਦੇ ਵਿੱਚ ਕੀ ਕਿਹਾ ਗਿਆ ਇੰਜੀਨੀਅਰਿੰਗ ਤੇ ਆਰਕੀਟੈਕਚਰ ਪਲੈਨਿੰਗ ਪ੍ਰੋਗਰਾਮਸ ਦੇ ਲਈ 3 ਐਗਜ਼ਾਮ ਸਕੀਮ ਹੋਣੀ ਚਾਹੀਦੀ ਹੈ ਕਿਹੜੇ ਕਿਹੜੇ ਜੇਡਬਲਯੂਈ then ai triple e at national level then sl triple e that is state level engineering entrance examinations state level institutions nu option ditte gayi ki tusi ai triple e nu join kar sakde ho with this problem of overlapping and also reduce physical mental and financial burden on students and their parents which was very hard due to multiplicity of entrance examination ki a system de naal jehdi financial burden si parents de oh bhi kafi had tak kat gaya si okay ਸੋ ਹੁਣ ਆਪਾਂ ਗੱਲ ਕਰਦੇ ਆ ਕਿ ਕਨਸਟੀਟਿਊਸ਼ਨ ਦੇ ਵਿੱਚ ਐਜੂਕੇਸ਼ਨ ਨੂੰ ਲੈ ਕੇ ਕਿਹੜੇ-ਕਿਹੜੇ ਪ੍ਰੋਵੀਜ਼ਨਸ ਆ ਹੁਣ ਦੇਖੋ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਦੀ ਗੱਲ ਕਰੀਏ ਜਾਂ ਫਿਰ ਆਪਾਂ ਫੰਡਾਮੈਂਟਲ ਰਾਈਟਸ ਦੀ ਗੱਲ ਕਰੀਏ ਜਾਂ ਫਿਰ ਫੰਡਾਮੈਂਟਲ ਡਿਊਟੀਆਂ ਦੀ ਗੱਲ ਕਰੀਏ ਹਰ ਇੱਕ ਦੇ ਵਿੱਚ ਐਜੂਕੇਸ਼ਨ ਨੂੰ ਲੈ ਕੇ ਕੁਛ ਨਾ ਕੁਛ ਪ੍ਰੋਵੀਜ਼ਨਸ ਆ ਜਿਹੜੇ ਉਹ ਪ੍ਰੋਵਾਈਡ ਕੀਤੇ ਗਏ ਆ ਹੁਣ ਤੁਹਾਡਾ ਹੋਮਵਰਕ ਕੀ ਹੈ ਕਿ ਤੁਸੀਂ ਉਹਦੇ ਬਾਰੇ ਡਿਟੇਲ ਚ ਪੜ੍ਹਨਾ ਹੈ ਕਿ ਫੰਡਾਮੈਂਟਲ ਡਿਊਟੀ ਕਿਹੜੀ ਜਿਹੜੀ ਹੈ এডਿਕੇਸ਼ਨਲ ਰਿਲੇਟਿਡ ਹੈ ਓਕੇ ਫੰਡਾਮੈਂਟਲ ਰਾਈਟ ਕਿਹੜਾ এডਿਕੇਸ਼ਨਲ ਰਿਲੇਟਿਡ ਹੈ ਜਾਂ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਦਾ ਕਿਹੜਾ ਆਰਟੀਕਲ ਜਿਹੜਾ ਹੈ ਉਹ এডਿਕੇਸ਼ਨਲ ਰਿਲੇਟਿਡ ਹੈ ਹੁਣ ਆਪਾਂ ਕੁਝ ਮੇਨ ਮੇਨ ਚੀਜ਼ਾਂ ਦੇ ਬਾਰੇ ਪੜ੍ਹਦੇ ਹਾਂ ਪਾਰਟ 4 ਆਫ ਇੰਡੀਅਨ ਕਨਸਟੀਟਿਊਸ਼ਨ ਦੈਟ ਇਜ਼ ਆਰਟੀਕਲ 45 ਐਂਡ ਆਰਟੀਕਲ 39 ਐਫ ਆਫ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੈਜ਼ ਅ ਪ੍ਰੋਵੀਜ਼ਨ ਫਾਰ ਸਟੇਟ ਫੰਡਡ ਐਸ ਵੈਲ ਐਸ ਇਕਵਿਟੇਬਲ ਐਂਡ ਅਸੈਸੇਬਲ এডਿਕੇਸ਼ਨ ਕੰ다 ਅਗਰ ਆਪਾਂ ਪਾਰਟ 4 ਦੀ ਗੱਲ ਕਰੀਂ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਪਾਰਟ 4 ਦੇ ਵਿੱਚ ਕੀ ਨੇ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸਿਸ ਨੇ ਨਾ ਉਹਦਾ ਅਗਰ ਆਪਾਂ ਆਰਟੀਕਲ ਨੰਬਰ 45 ਦੇਖੀਏ ਤੇ ਜਾਂ ਫਿਰ 39 ਐਫ ਦੇਖੀਏ ਉਹਦੇ ਵਿੱਚ ਕੀ ਕਿਹਾ ਗਿਆ ਕਿ ਪ੍ਰੋਵੀਜ਼ਨਸ ਹੋਣੇ ਚਾਹੀਦੇ ਆ ਐਜੂਕੇਸ਼ਨ ਦੇ ਲਈ ਕਿ ਸਟੇਟ ਉਹਨਾਂ ਨੂੰ ਫੰਡ ਕਰੇ ਤੇ ਨਾਲ ਹੀ ਕਿ ਜਿਹੜੀ ਐਜੂਕੇਸ਼ਨ ਆ ਉਹ ਇਸ ਤਰੀਕੇ ਦੀ ਹੋਵੇ ਕਿ ਸਾਰਿਆਂ ਨੂੰ ਇਕੁਅਲੀ ਅਸੈਸ ਕਰ ਸਕਣ ਓਕੇ 42nd ਐਮੈਂਡਮੈਂਟ ਐਕਟ ਜੋ ਕਿ 1976 ਦੇ ਵਿੱਚ ਕੀਤਾ ਗਿਆ ਸੀ ਇਹਦੇ ਵਿੱਚ ਕੀ ਕਿਹਾ ਗਿਆ ਇਹਦੇ ਵਿੱਚ ਜਿਹੜਾ এডਿਕੇਸ਼ਨ ਹੈ ਉਹਨੂੰ ਸਟੇਟ ਲਿਸਟ ਤੋਂ ਕਨਕਰੈਂਟ ਲਿਸਟ ਵਿੱਚ ਐਡ ਕੀਤਾ ਗਿਆ ਇਹ ਇੰਪੋਰਟੈਂਟ ਹੈ ਫੈਕਟ ਯਾਦ ਰੱਖਿਓ ਉਸ ਤੋਂ ਬਾਅਦ ਅਗਰ ਆਪਾਂ 86th ਐਮੈਂਡਮੈਂਟ ਐਕਟ ਦੀ ਗੱਲ ਕਰੀਏ ਜਿਹੜਾ ਕਿ 2002 ਦੇ ਵਿੱਚ ਹੋਇਆ ਇਹਦੇ ਵਿੱਚ ਕੀ ਕਿਹਾ ਗਿਆ ਕਿ এডਿਕੇਸ਼ਨ ਨੂੰ ਇਨਫੋਰਸੇਬਲ ਬਣਾਇਆ ਗਿਆ ਅੰਡਰ ਆਰਟੀਕਲ ਨੰਬਰ 21A ਬੇਸਿਕਲੀ 86th ਐਮੈਂਡਮੈਂਟ ਐਕਟ ਦੇ ਨਾਲ ਆਰਟੀਕਲ 21A ਹੈ ਜਿਹੜਾ ਉਹ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਗਿਆ। ਦੇਖੋ ਹੁਣ ਆਰਟੀਕਲ ਨੰਬਰ 21A ਦੇ ਵਿੱਚ ਕੀ ਕਿਹਾ ਗਿਆ ਕਿ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਊਗੀ ਉਹ ਸਾਰੇ ਬੱਚਾ ਨੂੰ ਜਿਹੜੇ 6 ਤੋਂ ਲੈ ਕੇ 14 ইয়ারਸ ਤੱਕ ਦੇ ਨੇ ਤੇ ਇਹ ਉਹਨਾਂ ਦਾ ਫੰਡਮੈਂਟਲ ਰਾਈਟ ਹੈ ਕਿ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਵੇ। ਠੀਕ ਹੈ ਤੇ ਸਟੇਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਦੇ ਲਈ ਪ੍ਰੋਵੀਜ਼ਨਸ ਜਿਹੜੇ ਨੇ ਉਹ ਬਣਾਈ। ਓਕੇ ਓ ਤੋਂ ਬਾਅਦ ਨੈਕਸਟ ਰਾਈਟ ਟੂ এডੂਕੇਸ਼ਨ ਐਕਟ 2009 ਜਿਹੜਾ ਹੈ ਉਹ ਵੀ এডੂਕੇਸ਼ਨਲ ਰਿਲੇਟਡ ਹੈ ਇਹਦਾ ਏਮ ਕੀ ਹੈ ਟੂ ਪ੍ਰੋਵਾਈਡ ਪ੍ਰਾਇਮਰੀ এডੂਕੇਸ਼ਨ ਟੂ 올 ਚਿਲड्रन ਏਜ 6 ਟੂ 14 ইয়ার্স ਐਂਡ ਇਨਫੋਰਸ এডੂਕੇਸ਼ਨ ਐਸ ਫੰਡਮੈਂਟਲ ਰਾਈਟ ਠੀਕ ਹੈ ਜਿਹੜਾ ਇਹ ਰਾਈਟ ਹੈ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ 2009 ਹੈ ਇਹਦੇ ਵਿੱਚ ਕੀ ਕਿਹਾ ਗਿਆ ਇਹਦੀ ਜ਼ਿੰਮੇਵਾਰੀ ਰੱਖੀ ਗਈ ਇਹ ਰਾਈਟ ਦੀ ਕਿ ਜਿਹੜਾ ਆਰਟੀਕਲ ਨੰਬਰ 21A ਦਾ ਪ੍ਰੋਵੀਜ਼ਨ ਹੈ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਇੰਪਲੀਮੈਂਟ ਕਰਵਾਇਆ ਜਾਵੇ ਐਸ ਫੰਡਮੈਂਟਲ ਰਾਈਟ ਓਕੇ ਅਗਰ ਆਪਾਂ ਕੁਝ ਗਵਰਨਮੈਂਟ ਇਨੀਸ਼ੀਏਟਿਵਜ਼ ਦੀ ਗੱਲ ਕਰੀਏ ਤਾਂ ਸਰਵ ਸਿੱਖਿਆ ਅਭਿਆਨ ਚਲਾਇਆ ਗਿਆ ਮਿਡ-ਡੇ ਮੀਲ ਸਕੀਮ ਚਲਾਈ ਗਈ ਥੈਨ ਨਵੋਦਯ ਵਿਦਿਆਲਿਆਜ਼ ਖੋਲੇ ਗਏ ਕੇਂਦਰੀ ਵਿਦਿਆਲਿਆਜ਼ ਨੂੰ ਓਪਨ ਕੀਤਾ ਗਿਆ ਓਕੇ ਸੋ ਹੁਣ ਆਪਾਂ ਗੱਲ ਕਰਦੇ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੀ ਰੀਸੈਂਟਲੀ ਯੂਨੀਅਨ ਕੈਬਨਿਟ ਨੇ ਅਪਰੂਵ ਕੀਤੇ ਨਿਊ ਐਜੂਕੇਸ਼ਨ ਪਾਲਿਸੀ 2020 ਠੀਕ ਹੈ ਇਹ ਪਾਲਿਸੀ ਦਾ ਮੇਨ ਏਮ ਕੀ ਹੈ ਚੇਂजेस ਲੈ ਕੇ ਆਨਾ ਜਿਹੜਾ ਕਿ ਪ੍ਰੈਜ਼ੈਂਟ ਟਾਈਮ ਤੇ ਇੰਡੀਅਨ ਐਜੂਕੇਸ਼ਨ ਸਿਸਟਮ ਹੈ ਹਰ ਇੱਕ ਲੈਵਲ ਤੇ ਚੇਂਜ ਲੈ ਕੇ ਆਨਾ ਮੀਨ ਸਕੂਲ ਤੋਂ ਲੈ ਕੇ ਕਾਲਜ ਲੈਵਲ ਤੱਕ ਐਜੂਕੇਸ਼ਨ ਸਿਸਟਮ ਦੇ ਵਿੱਚ ਚੇਂਜ ਲੈ ਆਨਾ ਏਮ ਹੈ ਪਾਲਿਸੀ ਦਾ ਦੋ ਟੂ ਅਰਲੀਅਰ ਐਜੂਕੇਸ਼ਨ ਪਾਲਿਸੀਸ ਤੁਹਾਨੂੰ ਦੱਸ ਦਿੱਤਾ ਕਦੋਂ-ਕਦੋਂ ਆਈ ਇੱਕ 1968 ਦੇ ਵਿੱਚ ਆਈ ਤੇ ਸੈਕਿੰਡ 1986 ਦੇ ਵਿੱਚ ਆਈ ਦੇਖੋ ਜਿਹੜੀ 1992 ਦੇ ਵਿੱਚ ਆਪਾਂ ਨੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਗੱਲ ਕੀਤੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੀ ਸੀ ਕਿ ਉਹਨੂੰ ਉਹਦੇ ਵਿੱਚ ਬੇਸਿਕਲੀ 1986 ਦੀ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ ਉਹਨੂੰ ਹੀ ਅਮੈਂਡ ਕੀਤਾ ਗਿਆ ਸੀ ਇੱਕ ਵਾਰ ਤੁਸੀਂ ਦੇਖ ਵੀ ਸਕਦੇ ਹੋ ਤਾਂ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਾ ਰਹੇ ਆ ਦੇਖੋ ਇਹਦੇ ਵਿੱਚ ਲਿਖਿਆ ਹੋਇਆ ਹੈ ਨਾ ਓਕੇ ਸੋ ਹੁਣ ਦੇਖੋ नैशनल एजुकेशन पॉलिसी ट्वेंटी ट्वेंटी का मेन एम की है कि इंडिया नु ग्लोबल नॉलेज सुपर पावर बनाना ओके okay, इंपॉर्टेंट है याद रखियो अगर आप पॉलिसी हाईलाइट्स से गल करिए है एक तो जी पब्लिक स्पेंडिंग है एजुकेशन ते सेंटर द्वारा स्टेट द्वारा उन्हों किता जाएगा सिक्स प्रसेंट किता जाऊगा जी डी पी का हूँ किना हूँ हैगा फोर पॉइंट सिक्स परसेंट ओके इस तो किएगा सिक्स ਉਤੋ ਬਾਅਦ ਦੇਖੋ ਨੈਕਸਟ ਦੇ ਦੇ ਵਿੱਚ ਕੀ ਇੰਪੋਰਟੈਂਟ ਚੀਜ਼ ਹੈ ਜਿਹੜਾ ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਹੈ ਉਹਨੂੰ ਰੀਨੇਮ ਕੀਤਾ ਗਿਆ ਐਜ਼ ਮਿਨਿਸਟਰੀ ਆਫ ਐਜੂਕੇਸ਼ਨ ਉਰੇ ਮਿਨਿਸਟਰ ਲਿਖਿਆ ਹੈ ਮਿਨਿਸਟਰ ਨਹੀਂ ਆਊਗਾ ਮਿਨਿਸਟਰੀ ਕਾਲਿਓ ਓਕੇ ਐਮ ਆਈ ਐਨ ਆਈ ਐਸ ਟੀ ਆਰ ਯੂ ਸੋ ਮਿਨਿਸਟਰ ਆਫ ਐਜੂਕੇਸ਼ਨ ਨਹੀਂ ਮਿਨਿਸਟਰੀ ਆਫ ਐਜੂਕੇਸ਼ਨ ਓਕੇ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਵਿੱਚ ਸਕੂਲ ਐਜੂਕੇਸ਼ਨ ਦੇ ਵਿੱਚ ਕੀ ਕੀ ਚੇਂਜਸ ਕੀਤੇ ਗਏ ਹਨ ਸਭ ਤੋਂ ਪਹਿਲਾਂ ਕੀ ਕਿਹਾ ਗਿਆ ਹੈ ਪ੍ਰੀ ਸਕੂਲ ਤੋਂ ਲੈ ਕੇ ਸਕੈਂਡਰੀ ਲੈਵਲ ਤੱਕ ਜਿਹੜੀ ਵੀ ਐਜੂਕੇਸ਼ਨ ਹੈ ਉਹਨੂੰ ਯੂਨੀਵਰਸਲਾਈਜ਼ ਕੀਤਾ ਜਾਊਗਾ ਠੀਕ ਹੈ ਤੇ ਇਹ ਇਹਦੇ ਵਿੱਚ ਕਿਹਾ ਗਿਆ ਹੈ ਕਿ ਬਾਏ 2030 ਜਿਹੜੀ ਗ੍ਰੋਸ ਇਨਰੋਲਮੈਂਟ ਰੇਸ਼ੋ ਹੈ ਉਹਨੂੰ 100% ਕੀਤਾ ਜਾਊਗਾ ਥੈਨ ਨੈਕਸਟ ਪੁਆਇੰਟ ਹੈ 2 ਕਰੋੜ ਜਿਹੜੇ ਸਕੂਲ ਚਿਲड्रन ਨੇ ਜਿਹੜੇ ਮੇਨ ਸਟਰੀਮ ਦੇ ਨਾਲ ਹਲੇ ਨਹੀਂ ਜੁੜੇ ਹੋਏ ਉਹਨਾਂ ਨੂੰ ਵੀ ਉਹ ਸਟਰੀਮ ਦੇ ਵਿੱਚ ਲੈ ਕੇ ਆਇਆ ਜਾਊਗਾ ਓਕੇ ਉਸ ਤੋਂ ਬਾਅਦ हूँ अपने को जो प्रेजेंट एजुकेशन सिस्टम है वह हैगा टेन प्लस टू वाला रिप्लेस किया गया फाइव प्लस थ्री प्लस थ्री प्लस फोर सिस्टम के नाल बेसिकली अगर आप देखिए एज ग्रुप के हिसाब न तो थ्री टू एट ईयरस दैन एट टू इलेवन ईयरस दैन इलेवन टू फोर्टीन दैन फोटीन टू एटीन ईयरस ओके गया है? कि जी अंडर कवर्ड ਏਜ ਗਰੁੱਪ ਹੁੰਦੇ ਆ 3 ਤੋਂ ਲੈ ਕੇ 6 ইয়ারਜ਼ ਦੀ ਉਹਨੂੰ ਵੀ ਸਕੂਲ ਕਰਿਕੂਲਮ ਦੇ ਵਿੱਚ ਲੈ ਕੇ ਆਇਆ ਜਾਊਗਾ which has been recognized globally as a crucial stage for development of mental faculties of a child ਦੇਖੋ ਜਿਹੜੀ 3 ਤੋਂ ਲੈ ਕੇ 6 ਸਾਲ ਦੀ ਉਮਰ ਹੁੰਦੀ ਹੈ ਕਿਸੇ ਵੀ ਚਾਈਲਡ ਦੀ ਉਹ ਬੋਲਿਆ ਜਾਂਦਾ گلوبਲ ਲੈਵਲ ਤੇ ਕਿ ਉਹ ਐਸੀ ਏਜ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਡਿਵੈਲਪਮੈਂਟ ਹੁੰਦੀ ਹੈ ਇੱਕ ਚਾਈਲਡ ਦੇ ਬ੍ਰੇਨ ਦੀ ਠੀਕ ਹੈ ਸੋ ਜਿਹੜੀ 3 ਟੂ 6 ইয়ারਜ਼ ਦੇ ਬੱਚੇ ਆ ਉਹਨਾਂ ਨੂੰ ਵੀ ਸਕੂਲ ਕਰਿਕੂਲਮ ਦੇ ਅੰਡਰ ਲੈ ਕੇ ਆਇਆ ਜਾਊਗਾ ਤਾਂ ਕਿ ਉਹਨਾਂ ਦੀ ਅੱਛੇ ਤਰੀਕੇ ਨਾਲ ਡਿਵੈਲਪਮੈਂਟ ਹੋ ਸਕੇ ਉਦੋਂ ਬਾਅਦ ਨੈਕਸਟ ਦੇ ਦੇ ਵਿੱਚ ਕੀ ਗਿਆ ਗਿਆ ਕਿ ਇਹਦੇ ਵਿੱਚ 12 ইয়ারਜ਼ ਦੀ ਸਕੂਲਿੰਗ ਤਾਂ ਹੋਊਗੀ ਹੀ ਹੋਊਗੀ প্লাস 3 ইয়ারਜ਼ ਦੀ ਅੰਗੜਵਾਦੀ ਯਾਤੇ প্রি-স্কুলিং ਵੀ ਹੋਊਗੀ ওকে ਸੋ ਨੈਕਸਟ ਕੀ ਹੈ ਕਿ ਜਿਹੜਾ 10th ਤੇ +2 ਦੇ ਬੋਰਡ ਐਗਜ਼ਾਮੀਨੇਸ਼ਨਸ ਆ ਉਹਨਾਂ ਨੂੰ ਈਜ਼ੀ ਬਣਾਇਆ ਜਾਊਗਾ ਤੇ ਇਹ ਸਟੂਡੈਂਟਸ ਨੂੰ ਪ੍ਰੋਵੀਜ਼ਨ ਦਿੱਤੇ ਜਾਊਗੀ ਕਿ ਉਹ ਦੋ ਵਾਰ ਐਗਜ਼ਾਮ ਦੇ ਸਕਦੇ ਆ ਠੀਕ ਹੈ ਨਾਲ ਹੀ ਜਸਟ ਇਹ ਨਹੀਂ ਹੈਗਾ ਜਿਵੇਂ ਕਿ ਹੁਣ ਸਿਸਟਮ ਹੈ ਕਿ ਤੁਸੀਂ ਫੈਕਟ ਸਾਰੇ ਰੱਟ ਕੇ ਚਲੇ ਜਾਓ ਫਿਰ ਤੁਹਾਡੇ ਮਾਰਕਸ ਆਣਗੇ ਬਹੁਤ ਹੀ ਵਧੀਆ ਢੰਗ ਦੇ ਨਾਲ ਉਹਨੂੰ ਬਣਾਇਆ ਜਾਊਗਾ ਈਜ਼ੀ ਬਣਾਇਆ ਜਾਊਗਾ ਠੀਕ ਹੈ ਤਾਂ ਕਿ ਇੱਕ ਪਾਰਟिकुलर ਸਟੂਡੈਂਟ ਨੂੰ ਜ਼ਿਆਦਾ ਫੈਕਟਸ ਉੱਪਰ ਧਿਆਨ ਦੇਣ ਦੀ ਜ਼ਰੂਰਤ ਨਾ ਪਵੇ ਉਹਨੂੰ ਜ਼ਿਆਦਾ ਰਟਾਫਿਕੇਸ਼ਨ ਨਾ ਕਰਨੀ ਪਵੇ ਹੁਣ ਜਦੋਂ ਆਪਾਂ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਪੜ੍ਹ ਰਹੇ ਹਾਂ ਤਾਂ ਤੁਹਾਡੇ ਸਭ ਦੇ ਦਿਮਾਗ 'ਚ ਹੀ ਆ ਰਿਹਾ ਹੋਊਗਾ ਕਿ ਕਾਸ਼ ਅਸੀਂ ਵੀ ਇਹੀ ਪਾਲਿਸੀ ਨਾਲ ਪੜ੍ਹੇ ਹੁੰਦੇ ਪਹਿਲਾਂ ਹੀ ਇਹ ਚੇਂਜਸ ਕਰ ਦੰਦੇ ਤਾਂ ਕਿੰਨਾ ਵਧੀਆ ਹੁੰਦਾ ਸੋ ਨੈਕਸਟ ਇਸ ਸਕੂਲ ਗਵਰਨੈਂਸ ਇਸ ਸੈਟ ਟੂ ਚੇਂਜ ਵਿਦ ਨਿਊ ਐਕਕ੍ਰੀਡੇਸ਼ਨ ਫਰੇਮਵਰਕ ਐਂਡ ਐਨ ਇੰਡੀਪੈਂਡੈਂਟ ਅਥਾਰਟੀ ਟੂ ਰੈਗੂਲੇਟ ਬੋਥ ਪਬਲਿਕ ਐਂਡ ਪ੍ਰਾਈਵੇਟ ਸਕੂਲ ਜਿਹੜੀ ਸਕੂਲ ਦੀ ਗਵਰਨੈਂਸ ਹੈ ਉਹਦੇ ਵਿੱਚ ਵੀ ਚੇਂਜਸ ਲੈ ਕੇ ਆਏ ਜਾਣਗੇ ਠੀਕ ਹੈ ਇੱਕ ਪ੍ਰੋਪਰ ਨਿਊ ਫਰੇਮਵਰਕ ਆਏਗਾ ਤੇ ਇੱਕ ਇੰਡੀਪੈਂਡੈਂਟ ਅਥਾਰਟੀ ਕ੍ਰੀਏਟ ਕੀਤੀ ਜਾਊਗੀ ਜਿਹੜੀ ਕਿ ਰੈਗੂਲੇਟ ਕਰੂਗੀ ਪਬਲਿਕ ਤੇ ਪ੍ਰਾਈਵੇਟ ਸਕੂਲ ਦੋਨਾਂ ਨੂੰ ਉਤੋਂ ਬਾਅਦ ਐਮਫੈਸਿਸ ਦਿੱਤਾ ਜਾਊਗਾ ਔਨ ਫਾਊਂਡੇਸ਼ਨਲ ਲਿਟਰੇਸੀ ਐਂਡ ਨਿਊਮਰੇਸੀ ਨੋ ਰਿਜਿਡ ਸੈਪਰੇਸ਼ਨ ਬੀਟਵੀਨ ਅਕੈਡੈਮਿਕ ਸਟ੍ਰੀਮਸ ਐਕਸਟਰਾ ਕਰਿਕੂਲਮ ਔਰ ਵੋਕੇਸ਼ਨਲ ਸਟ੍ਰੀਮਸ ਇਨ ਸਕੂਲ ਹੁਣ ਜਿਵੇਂ ਆਪਣਾ ਇੱਕ ਤਾਂ ਅਕੈਡੈਮਿਕ ਸਟ੍ਰੀਮਸ ਹੁੰਦੇ ਆ ਕਿ ਇਹ ਸਬਜੈਕਟਸ ਆਪਾਂ ਨੇ ਪੜ੍ਹਨੇ ਆ ਜਿਹੜਾ ਐਕਸਟਰਾ ਕਰਿਕੂਲਮ ਚੀਜ਼ਾਂ ਹੁੰਦੀਆਂ ਵੈਸੇ ਉਹ ਬੱਚਿਆਂ ਨੂੰ ਸਭ ਤੋਂ ਵੱਧ ਇੰਟਰਸਟਿੰਗ ਲੱਗਦੀਆਂ ਬਟ ਉਹਦੇ ਜ਼ਿਆਦਾ ਮਾਰਕਸ ਵਗੈਰਾ ਨਹੀਂ ਰੱਖੇ ਜਾਂਦੇ ਹਨਾ कि हूँ ने जिमें अलग अलग कैटेगरीज डिवाइड कित हुई हैं कि अकैडमिक स्ट्रीम्स हैं एक्सट्रा स्कीम्स हैं या ए वोकेशनल स्कीम्स हैं हम सारी चीज़ा इंटीग्रेट किया जाऊगा ओके कि उन्होंने भी मेन स्ट्रीम का पार्ट बनाया जाएगा उसद वोकेशनल एजुकेशन प्रोवाइड की जाएगी ठीक है सिक्सथ क्लास तो वोकेशनल एजुकेशन मिलनी स्टार्ट हो जाएगी विद इंटर्नशिप्स उस बाद टीचिंग अप टू एटलीस्ट ग्रेड फाइव टू बी इन मदर टंग और रीजनल लैंगुएज नो लैंग्एज विल बी इम्पोज ऑन एनी स्टूडेंट देखो फिफ्थ कलास तक जड़ी लैंगुएज पढ़ाई जाएगी स्टूडेंट्स नी पढ़ाई जाएगी मदर टंग ठीक है मीनज अगर कोई पंजाब का बच्चा है तो उन्होंने पंजाबी पढ़ाई जाएगी तो किसी भी स्टूडेंट ते कोई लैंगुएज का इम्पोजिशन नहीं किया जाएगा कि तेनों ये लैंगुएज तो पढ़नी पढ़नी पेगी ਉਹਨੂੰ ਆਪਣੀ ਮਦਰ ਟੰਗ ਪੜਨ ਦਿੱਤੀ ਜਾਊਗੀ ਓਕੇ ਉਹ ਤੋਂ ਬਾਅਦ ਅਸੈਸਮੈਂਟ ਰਿਫਾਰਮਸ ਵਿਲ 360 ਡਿਗਰੀ ਹੋਲਿਸਟਿਕ ਪ੍ਰੋਗਰੈਸ ਕਾਰਡ ਟਰੈਕਿੰਗ ਸਟੂਡੈਂਟ ਪ੍ਰੋਗਰੈਸ ਫਾਰ ਅਚੀਵਿੰਗ ਲਰਨਿੰਗ ਆਊਟਕਮਸ ਜਿਹੜੀ ਅਸੈਸਮੈਂਟ ਹੈ ਉਹ 360 ਡਿਗਰੀ ਹੋਲਿਸਟਿਕ ਪ੍ਰੋਗਰੈਸ ਕਾਰਡ ਦੀ ਹੈਲਪ ਨਾਲ ਕਿਤੇ ਜਾਊਗੀ ਤਾਂ ਕਿ ਓਵਰਆਲ ਪ੍ਰੋਗਰੈਸ ਹਰ ਫੀਲਡ ਦੇ ਵਿੱਚ ਉਹ ਸਟੂਡੈਂਟ ਦੀ ਕੈਲਕੂਲੇਟ ਕਿੱਤੇ ਜਾਵੇ ਅ ਨਿਊ ਐਂਡ ਕੰਪਰੀਹੈਂਸਿਵ ਨੈਸ਼ਨਲ ਕਰਿਕੂਲਮ ਫਰੇਮਵਰਕ ਫॉर ਟੀਚਰ ਐਜੂਕੇਸ਼ਨ 댓 ਇਜ਼ ਐਨ ਸੀ ਐਫ ਟੀ 2021 ਵਿਲ ਬੀ ਫਾਰਮੂਲੇਟਿਡ ਬਾਈ ਨੈਸ਼ਨਲ ਕਾਉਂਸਲ ਫॉर ਟੀਚਰ ਐਜੂਕੇਸ਼ਨ ਇਨ ਕੰਸਲਸ਼ਨ ਵਿਦ ਐਨ ਸੀ ای ਆਰ ਟੀ ਕੰਦਾ ਇੱਕ ਨਿਊ ਤੇ ਕੰਪਰੀਹੈਂਸਿਵ ਨੈਸ਼ਨਲ ਕਰਿਕੂਲਮ ਫਰੇਮਵਰਕ ਟੀਚਰ ਐਜੂਕੇਸ਼ਨ ਦੇ ਲਈ ਵੀ ਤਿਆਰ ਕੀਤਾ ਜਾਊਗਾ ਕਿਦੇ ਦੁਆਰਾ ਐਨ ਸੀ ਟੀ ای ਤੇ ਐਨ ਸੀ ای ਆਰ ਟੀ ਦੇ ਨਾਲ ਮਿਲ ਕੇ NCTE ਦੇ ਦੁਆਰਾ ਓਕੇ देन ਬਾ 2030 ਜਿਹੜੀ ਮਿਨੀਮਮ ਡਿਗਰੀ ਕੁਆਲਿਫਿਕੇਸ਼ਨ ਹੋਊਗੀ ਟੀਚਰਸ ਦੇ ਲਈ ਉਹ ਕੀ ਰੱਖੀ ਜਾਊਗੀ 4 ਇਅਰ ਇੰਟੀਗ੍ਰੇਟਿਡ ਬੀ ਬੀਐਡ ਡਿਗਰੀ ਓਕੇ ਉਸ ਤੋਂ ਬਾਅਦ ਨੈਕਸਟ ਹੁਣ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ 10+2 ਵਾਲੀ ਸਿਸਟਮ ਐ ਉਹਨੂੰ ਰਿਪਲੇਸ ਕੀਤਾ ਜਾਊਗਾ 5+3+3+4 ਦੇ ਨਾਲ ਹੁਣ ਇਹਦੇ ਵਿੱਚ ਦੇਖੋ ਕੀ ਐ ਸਭ ਤੋਂ ਪਹਿਲਾਂ ਅਗਰ ਆਪਾਂ 5 ਦੀ ਗੱਲ ਕਰੀਏ ਜਿਹੜਾ 5 ਵਾਲਾ ਉਹਨੂੰ ਫਾਊਂਡੇਸ਼ਨਲ ਸਟੇਜ ਬੋਲਿਆ ਗਿਆ ਠੀਕ ਹੈ 3 ইয়ার্স ਅੰਗੜਵਾਦੀ ਤੇ ਪ੍ਰੀ ਸਕੂਲ ਦੇ ਵਿੱਚ দেন 2 ইয়ার্স ক্লাস 1 ਐਂਡ 2 ਠੀਕ ਹੈ ਤੇ এজ ਹੋਊਗੀ 6 ਟੂ 8 ਉਹ ਤੋਂ ਬਾਅਦ ਨੈਕਸਟ ਹੈ ਪ੍ਰੀ ਪ੍ਰੇਟਰੀ ਸਟੇਜ প্লে ਡਿਸਕਵਰੀ ਐਂਡ ਐਕਟੀਵਿਟੀਜ਼ ਬੇਸਡ ਐਂਡ ਇੰਟਰਐਕਟਿਵ ਕਲਾਸਰੂਮ ਲਰਨਿੰਗ ਠੀਕ ਹੈ ਇਹਦੇ ਵਿੱਚ ਉਹਨਾਂ ਨੂੰ ਥੋੜਾ ਜਿਹਾ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਖਿਲਾਇਆ ਵੀ ਜਾਊਗਾ ਠੀਕ ਹੈ ਤੇ ਨਾਲ-ਨਾਲ ਐਕਟੀਵਿਟੀਆਂ ਵੀ ਕਰਵਾਈਆਂ ਜਾਣਗੀਆਂ ਸੋ ਇਹ ਹੋਊਗਾ ਕਲਾਸ 3 ਟੂ 5 ਤੇ ਏਜ ਹੈ 8 ਟੂ 11 ਸੋ ਨੈਕਸਟ ਹੈ ਮੀਡਲ ਸਟੇਜ ਠੀਕ ਹੈ ਇਹਦੇ ਵਿੱਚ ਜਿਹੜੇ ਸਾਇੰਸ ਮੈਥਮੈਟਿਕਸ ਆਰਟਸ ਸੋਸ਼ਲ ਸਾਇੰਸ ਹਿਊਮਨਿਟिज ਇਨਾਂ ਨੂੰ ਇੰਟਰੋਡਿਊਸ ਕੀਤਾ ਜਾਊਗਾ ਉਹ ਤੋਂ ਬਾਅਦ ਨੈਕਸਟ ਅਗਰ ਆਪਾਂ 4 ਇਅਰਜ਼ ਦੀ ਗੱਲ ਕਰੀਏ ਜਿਹਨੂੰ ਸਕੈਂਡਰੀ ਸਟੇਜ ਬੋਲਾਂਗੇ ਮਲਟੀ ਡਿਸਿਪਲਨਰੀ ਸਟਡੀ ਗ੍ਰੇਟਰ ਕ੍ਰਿਟੀਕਲ ਥਿੰਕਿੰਗ ਫਲੈਕਸੀਬਿਲਿਟੀ ਐਂਡ ਸਟੂਡੈਂਟ ਚੁਆਇਸ ਆਫ ਸਬਜੈਕਟ ਤੇ ਜਿਹੜਾ 4ਥ ਸਟੇਜ ਹੈ ਨਾ ਕਲਾਸ 9 ਟੂ 12 ਤੇ ਏਜ ਦੀ ਗੱਲ ਕਰੀਏ 14 ਟੂ 18 ইয়ার্স ਇਹਦੇ ਵਿੱਚ ਸਟੂਡੈਂਟਸ ਨੂੰ ਚੁਆਇਸ ਦਿੱਤੇ ਜਾਊਗੀ ਕਿ ਉਹ ਆਪਣੇ ਮਨਮਰਜ਼ੀ ਦੇ ਸਬਜੈਕਟਸ ਚੂਜ਼ ਕਰ ਸਕਦੇ ਆ ਜਿਵੇਂ ਸੁਪੋਜ਼ ਕਰੋ ਹੁਣ ਅਗਰ ਆਪਾਂ ਗੱਲ ਕਰੀਏ ਕਿ ਕੋਈ ਅਗਰ ਨਾਨ ਮੈਡ ਦਾ ਸਟੂਡੈਂਟ ਹੈ ਕਲਾਸ 11 ਚ ਹੈ ਨਾਨ ਮੈਡੀਕਲ ਉਹਨੇ ਲਿੱਤਾ ਹੋਇਆ ਹੈ ਤਾਂ ਉਹ కెਮਿਸਟਰੀ ਫਿਜ਼ਿਕਸ ਮੈਥਸ ਉਹਨੂੰ ਮੇਨ ਪੜ੍ਹਨਾ ਪਊਗਾ ਠੀਕ ਹੈ ਐਵੇਂ ਨਹੀਂ ਹੈਗਾ ਕਿ ਨਾਲ-ਨਾਲ ਉਹ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰ ਸਕਦਾ ਹੈ ਜਾਂ ਫਿਰ ਬੈਂਕਿੰਗ ਦੇ ਬਾਰੇ ਕੋਈ ਕੋਰਸ ਕਰ ਸਕਦਾ ਹੈ ਬਟ ਹੁਣ ਉਹਨਾਂ ਨੂੰ ਇਹ অপਸ਼ਨ ਅਵੇਲੇਬਲ ਹੋਊਗੀ ਅੰਡਰ ਨਿਊ ਪਾਲਿਸੀ ਓਕੇ ਔਰ ਤੋਂ ਬਾਅਦ ਹੁਣ ਆਪਾਂ ਨੈਕਸਟ ਗੱਲ ਕਰਦੇ ਹਾਇਰ ਐਜੂਕੇਸ਼ਨ ਦੀ 4 ਇਅਰ ਅੰਡਰਗ੍ਰੈਜੂਏਟ ਡਿਗਰੀਜ਼ ਵਿਦ ਮਲਟੀਪਲ ਐਂਟਰੀ ਐਂਡ ਐਗਜ਼ਿਟ ਆਪਸ਼ਨਸ ਵਿਲ ਬੀ ਇੰਟਰੋਡਿਊਸ ਜਿਹੜੀ 4 ਸਾਲ ਦੀ ਅੰਡਰਗ੍ਰੈਜੂਏਟ ਡਿਗਰੀਜ਼ ਹੁੰਦੀ ਹੈ ਇਹਦੇ ਵਿੱਚ ਮਲਟੀਪਲ ਐਂਟਰੀ ਤੇ ਐਗਜ਼ਿਟ ਆਪਸ਼ਨਸ ਨੂੰ ਰੱਖਿਆ ਜਾਊਗਾ ਓਕੇ ਜਿਹੜੀ ਐਮਫਿਲ ਡਿਗਰੀ ਆ ਉਹਨੂੰ ਐਬੋਲਿਸ਼ ਕੀਤਾ ਜਾਊਗਾ ਨਿਊ ਅੰਬ੍ਰੇਲਾ ਰੈਗੂਲੇਟਰ ਇੱਕ ਬਣਾਈ ਜਾਊਗੀ ਫॉर 올 ਹਾਇਰ ਐਜੂਕੇਸ਼ਨ ਐਕਸੈਪਟ ਮੈਡੀਕਲ ਐਂਡ ਲੀਗਲ ਕੋਰਸਸ ਮੈਡੀਕਲ ਤੇ ਲੀਗਲ ਕੋਰਸਸ ਨੂੰ ਛੱਡ ਕੇ ਜਿਹੜੇ ਬਾਕੀ ਦੇ ਕੋਰਸਸ ਆ ਉਹਨਾਂ ਲਈ ਨਿਊ ਰੈਗੂਲੇਟਰ ਨੂੰ ਐਸਟੈਬਲਿਸ਼ ਕੀਤਾ ਜਾਊਗਾ ਓਕੇ ਐਨ ਅਕੈਡਮਿਕ ਬੈਂਕ ਆਫ ਕ੍ਰੈਡਿਟ ਵਿਲ ਬੀ ਸੈਟ ਅਪ ਟੂ ਮੇਕ ਇਟ ਈਜ਼ੀਅਰ ਟੂ ਟ੍ਰਾਂਸਫਰ ਬੀਟਵੀਨ ਇੰਸਟੀਟਿਊਸ਼ਨ ਤੇ ਇੱਕ ਅਕੈਡਮਿਕ ਬੈਂਕ ਆਫ ਕ੍ਰੈਡਿਟ ਕ੍ਰੀਏਟ ਕੀਤਾ ਜਾਊਗਾ ਤਾਂ ਕਿ ਉਹ ਡਿਫਰੈਂਟ ਡਿਫਰੈਂਟ ਇੰਸਟੀਟਿਊਸ਼ਨਸ ਦੇ ਵਿੱਚ ਉਹਨੂੰ ਈਜ਼ੀਲੀ ਟ੍ਰਾਂਸਫਰ ਕੀਤਾ ਜਾਏ multidisciplinary education and research universities that is merus at par with iit's iim's to be set up as models of best multidisciplinary education of global standards in the country hun dekho ki hai kanda iit's iim's de standard deya multidisciplinary education te research universities nu bhi set up kita jaauga theek hai eh aise universities honge jehde ki jinna de vich education global standards according hogi ओके ਉਹ ਤੋਂ ਬਾਅਦ ਨੈਸ਼ਨਲ ਰਿਸਰਚ ਫਾਊਂਡੇਸ਼ਨ ਵਿਲ ਬੀ ਕ੍ਰੀਏਟਿਡ ਐਜ਼ ਐਨ ਐਪੈਕਸ ਬਾਡੀ ਜਿਹੜੀ ਨੈਸ਼ਨਲ ਰਿਸਰਚ ਫਾਊਂਡੇਸ਼ਨ ਉਹਨੂੰ ਕ੍ਰੀਏਟ ਕੀਤਾ ਜਾਊਗਾ ਐਜ਼ ਐਪੈਕਸ ਬਾਡੀ ਕਾਦੇ ਲਈ ਫॉर ਫਾਸਟਰਿੰਗ ਅ ਸਟਰੋਂਗ ਰਿਸਰਚ ਕਲਚਰ ਐਂਡ ਬਿਲਡਿੰਗ ਰਿਸਰਚ ਕੈਪੈਸਿਟੀ ਅਕ੍ਰੋਸ ਹਾਇਰ ਐਜੂਕੇਸ਼ਨ ਤਾਂ ਕਿ ਫਾਸਟਰਿੰਗ ਕੀਤਾ ਜਾਵੇ ਸਟਰੋਂਗ ਰਿਸਰਚ ਕਲਚਰ ਦੀ ਮਤਲਬ ਰਿਸਰਚ ਦੇ ਵਿੱਚ ਤਾਂ ਕਿ ਤਰੱਕੀ ਹੋ ਸਕੇ ਠੀਕ ਹੈ ਤੇ ਰਿਸਰਚ ਕਰਨ ਦੀ ਜਿਹੜੀ ਕਪੈਸਿਟੀ ਹੈ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਦੀ ਉਹਨਾਂ ਨੂੰ ਵੀ ਇਨਕਰੀਸ ਕੀਤਾ ਜਾਵੇ। ਉਹ ਤੋਂ ਬਾਅਦ ਐਫੀਲੀਏਸ਼ਨ ਆਫ ਕਾਲਜਸ ਟੂ ਬੀ ਫੇਸਡ ਆਊਟ ਇਨ 15 ইয়ারਸ ਜਿਹੜੇ ਕਾਲਜਸ ਦੀ ਐਫੀਲੀਏਸ਼ਨ ਹੈ ਉਹਨੂੰ ਫੇਸ ਆਊਟ ਕੀਤਾ ਜਾਊਗਾ 15 ਸਾਲਾਂ ਦੇ ਅੰਦਰ ਅੰਦਰ ਤੇ ਸਟੇਜ ਵਾਈਜ਼ ਮੈਕੈਨਿਜ਼ਮ ਲੈ ਕੇ ਆਇਆ ਜਾਊਗਾ ਕਾਲਜਸ ਦੇ। ਤੇ ਨੈਕਸਟ ਕੀ ਆ ਗਿਆ ਕਿ ਜਿਹੜਾ ਹਰੇਕ ਕਾਲਜ ਹੈ ਠੀਕ ਹੈ ਉਹਨੂੰ ਆਪਣੇ ਆਪ ਨੂੰ ਡਿਵੈਲਪ ਕਰਨਾ ਪਊਗਾ ਆਟੋਨੋਮਸ ਡਿਗਰੀ ਗ੍ਰਾਂਟਿੰਗ ਕਾਲਜ ਦੇ ਰੂਪ ਦੇ ਵਿੱਚ ਜਾਂ ਫਿਰ ਕਿਸੇ ਜਿਹੜੀ ਪਾਰਟਿਕੂਲਰ ਯੂਨੀਵਰਸਿਟੀ ਦੇ ਕੌਨਸਟਿਟੂਐਂਟ ਕਾਲਜ ਦੇ ਰੂਪ ਦੇ ਵਿੱਚ ਓਕੇ ਔਰ ਤੋਂ ਬਾਅਦ ਨੈਕਸਟ ਹੈ ਹਾਇਰ ਐਜੂਕੇਸ਼ਨ ਕਮਿਸ਼ਨ ਆਫ ਇੰਡੀਆ ਵਿਲ ਬੀ ਸੈਟ ਅਪ ਐਸ ਅ ਸਿੰਗਲ ਅੰਬ੍ਰੇਲਾ ਬਾਡੀ ਫਾਰ ਇੰਟਾਇਰ ਹਾਇਰ ਐਜੂਕੇਸ਼ਨ ਐਕਸਕਲੂਡਿੰਗ ਮੈਡੀਕਲ ਐਂਡ ਲੀਗਲ ਐਜੂਕੇਸ਼ਨ ਮੈਂ ਤੁਹਾਨੂੰ ਦੱਸਿਆ ਸੀ ਨਾ ਇੱਕ ਨਿਊ ਅੰਬ੍ਰੇਲਾ ਬਾਡੀ ਬਣਾਈ ਜਾਊਗੀ ਹਾਇਰ ਐਜੂਕੇਸ਼ਨ ਦੇ ਲਈ ਉਹਦਾ ਨਾਮ ਕੀ ਹੈ ਹਾਇਰ ਐਜੂਕੇਸ਼ਨ ਕਮਿਸ਼ਨ ਆਫ ਇੰਡੀਆ ਪਬਲਿਕ ਐਂਡ ਪ੍ਰਾਈਵੇਟ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਵਿਲ ਬੀ ਗਵਰਨਡ ਬਾਈ ਸੇਮ ਸੈਟ ਆਫ ਨੋਰਮਸ फॉर रैगूलेक्रीडे एंड अकैडमिक स्टैंडर्ड्स पब्लिक प्राइवेट हायर एजुकेशन इंस्टीट्यूशन का सेम रेगूलेगी उ सेम उन्होंने एक्रीडेन रहूगी सेम उन्हें अकैडमिक स्टैंडर्ड्स रहन ऑलसो एच ई सी आई विल हैव फोर इंडिपेंडेंट वर्टिकल्स जी एच ई सी आई है वह चार इंडिपेंडेंट वर्टिकल्स हो गए सब तो पहला वर्टल है एन एच ई आर सी एलफॉर्म की है नैशनल हायर एजुकेशन रेगूलेटरी काउंसिल कहते रेगुलेशन रेगूलेकेंड इज़ जरनल एजुकेशन काउंसिल जी ई सी फॉर स्टैंडर्ड सैटिंग थर्ड इज़ हायर एजुकेशन ग्रांट काउंसिल का फंडिंग लिए सो फोर्थ के नैशनल एक्रीडीटे काउंसिल फॉर एक्रीडीटे ओके सो नैक्सट कुछ होर इंपॉर्टेंट चीज़ा जिद बारे थोड़ा तो पता होना चाहिए सब तो पहला नैशनल एजुकेशन टैक्नोलॉजी फोरम दैट इज़ एन ई टी एफ will be created to provide platform for free exchange of ideas on the use of technology to enhance learning assessment planning and administration netf nu create kita jaauga theek hai jeda ki ek platform di tarah act karuga for free exchange of ideas ki technology nu ki main use karna hai theek hai taaki learning de vich improvement leke aayi ja sake proper planning ho sake proper administration ho sake the national assessment center ਪਰਖ ਨੂੰ ਕ్రియేਟ ਕੀਤਾ ਜਾਊਗਾ ਜਿਹੜਾ ਕਿ ਸਟੂਡੈਂਟ ਨੂੰ ਅਸੈਸ ਕਰੂਗਾ ਉਹ ਤੋਂ ਬਾਅਦ ਇਟ ਆਲਸੋ ਪੇਵ ਦਾ ਵੇ ਫਾਰ ਫੋਰਨ ਯੂਨੀਵਰਸਿਟੀਆਂ ਟੂ ਬੀ ਸੈਟ ਅਪ ਟੂ ਸੈਟ ਅਪ ਕੈਂਪਸ ਇਨ ਇੰਡੀਆ ਜਿਹੜੀ ਫੋਰਨ ਯੂਨੀਵਰਸਿਟੀਆਂ ਐ ਉਹ ਵੀ ਆਪਣੇ ਕੈਂਪਸ ਲਗਾ ਪਾਣ ਗਿਆ ਇੰਡੀਆ ਦੇ ਵਿੱਚ ਇਟ ਏਮਫਸਾਈਜ਼ ਸੈਟਿੰਗ ਅਪ ਆਫ ਜੈਂਡਰ ਇਨਕਲੂਜਨ ਫੰਡ ਸਪੈਸ਼ਲ ਐਜੂਕੇਸ਼ਨ ਜ਼ੋਨ ਫਾਰ ਡਿਸਐਡਵਾਂਟੇਜ ਰੀਜਨਸ ਐਂਡ ਗਰੂਪਸ ਜਿਹੜੇ ਡਿਸਐਡਵਾਂਟੇਜ ਰੀਜਨਸ ਐ ਜਾਂ ਗਰੂਪਸ ਐ ਠੀਕ ਹੈ ਉਹਨਾਂ ਦੇ ਲਈ ਜੈਂਡਰ ਇਨਕਲੂਜਨ ਫੰਡ ਤੇ ਸਪੈਸ਼ਲ ਐਜੂਕੇਸ਼ਨ ਜ਼ੋਨਸ ਵੀ ਕ੍ਰੀਏਟ ਕੀਤੇ ਜਾਣਗੇ। ਉਹ ਤੋਂ ਬਾਅਦ ਨੈਸ਼ਨਲ ਇੰਸਟੀਟਿਊਟ ਫਾਰ ਪਾਲੀ, ਪਰਸ਼ੀਅਨ ਐਂਡ ਪ੍ਰਾਕ੍ਰਿਤ ਇੰਡੀਅਨ ਇੰਸਟੀਟਿਊਟ ਆਫ ਟ੍ਰਾਂਸਲੇਸ਼ਨ ਐਂਡ ਇੰਟਰਪ੍ਰੀਟੇਸ਼ਨ ਟੂ ਬੀ ਸੈਟ ਅਪ। ਨੈਸ਼ਨਲ ਇੰਸਟੀਟਿਊਟ ਪਾਲੀ ਲੈਂਗੁਏਜ ਦੇ ਲਈ, ਪਰਸ਼ੀਅਨ, ਪ੍ਰਾਕ੍ਰਿਤ ਦੇ ਲਈ ਕ੍ਰੀਏਟ ਕੀਤੇ ਜਾਣਗੇ ਤੇ ਨਾਲ ਹੀ ਇੰਡੀਅਨ ਇੰਸਟੀਟਿਊਟ ਆਫ ਟ੍ਰਾਂਸਲੇਸ਼ਨ ਤੇ ਇੰਟਰਪ੍ਰੀਟੇਸ਼ਨ ਨੂੰ ਵੀ ਸੈਟ ਅਪ ਕੀਤਾ ਜਾਊਗਾ। ਅਤੇ ਬਾਦ ਹੈ ਇੰਡੀਅਨ ਨੋਲੇਜ ਸਿਸਟਮ ਇਨਕਲੂਡਿੰਗ ਟ੍ਰਾਈਬਲ ਐਂਡ ਇਨਡੀਜਿਨਸ ਨੋਲੇਜ ਵਿਲ ਬੀ ਇਨਕੋਰਪੋਰੇਟਡ ਇੰਟੂ ਕਰਿਕੂਲਮ ਦੇਖੋ ਕਹਿੰਦਾ ਜਿਹੜੀ ਟ੍ਰਾਈਬਲ ਤੇ ਇਨਡੀਜਿਨਸ ਨੋਲੇਜ ਹੈ ਉਹਨੂੰ ਵੀ ਕਰਿਕੂਲਮ ਦੇ ਵਿੱਚ ਐਡ ਕੀਤਾ ਜਾਊਗਾ ਓਕੇ ਸੋ ਨੈਕਸਟ ਟੀਚਰਸ ਆ ਕੀ ਦੱਸਿਆ ਗਿਆ ਵੈਸੇ ਆਪਾਂ ਇਹਦੇ ਬਾਰੇ ਡਿਸਕਸ ਕਰ ਚੁੱਕੇ ਹਾਂ ਕਿ ਬਾਈ 2030 ਜਿਹੜੀ ਮਿਨੀਮਮ ਡਿਗਰੀ ਕੁਆਲੀਫਿਕੇਸ਼ਨ ਹੋਊਗੀ ਟੀਚਿੰਗ ਦੇ ਲਈ ਉਹ ਕੀ ਹੋਊਗੀ 4 ਇਅਰ ਇੰਟੀਗ੍ਰੇਟਿਡ ਬੀਐਡ teachers will also be given training in online educational methods relevant to indian situation in order to help bridge the digital divide okay te teachers nu no online education vi provide kitte jaaugi okay so i hope ajj aap jo vi discuss kita tonu sara samajh aa gaya huga national education policy 2020 de bare te baaki jo vi aap historical provisions dekhe te constitutional provisions dekhe tonu sare samajh lag gaye honge ਸੋ ਮਿਲਦੇ ਆ ਨੈਕਸਟ ਲੈਕਚਰ ਦੇ ਵਿੱਚ ਅੱਜ ਲਈ ਇੰਨਾ ਹੀ ਥੈਂਕ ਯੂ so much